ਹੈਲੋ एवरीवन वेलकम टू श्री शोकट ਸਿਸਟਮ ਬਿਕਮਸ easier ਸੋ ਜਿਵੇਂ ਤੁਹਾਨੂੰ ਪਤਾ ਹੈ ਜੀ ਅੱਜ 635 ਨੂੰ ਲੈ ਕੇ ਉਸ ਦੇ ਵਿੱਚ ਪੰਜ ਨੰਬਰ ਵੱਲ ਨੂੰ ਲੈ ਕੇ ਜਿਹੜਾ ਕੇਸ ਲੱਗਿਆ ਹੋਇਆ ਸੀ ਉਸ ਦੀ ਅੱਜ ਸੁਣਵਾਈ ਹੋਣੀ ਸੀ ਤੇ ਫਾਈਨਲੀ ਉਹ ਸੁਣਵਾਈ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਆਪਣਾ ਟੈਲੀਗ੍ਰam ਚੈਨਲ ਜਿਸ ਤੇ ਆਪਾਂ ਤੁਹਾਨੂੰ ਕੋਰਟ ਕੇਸ ਦੀ ਟਾਈਮ ਟੂ ਟਾਈਮ ਅਪਡੇਟ ਦਿੰਨੇ ਹਾਂ ਤੋ ਜਦੋਂ ਸੁਣਵਾਈ ਸ਼ੁਰੂ ਹੋਈ ਤੇ ਜਦੋਂ ਖਤਮ ਹੋਈ ਉਸ ਦੇ ਬਾਰੇ ਪੂਰੀ ਅਪਡੇਟ ਆਪ ਤੁਹਾਨੂੰ ਇਸ ਚੈਨਲ ਤੇ ਦੇ ਰਹੇ ਸੀ ਸੋ ਇਸ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ ਵਾਈ ਦੇ ਵਿੱਚ ਅੱਜ ਜੀ ਇੱਕ ਤਾਂ ਆਪਣੇ ਲੋਅਰ ਸਾਹਿਬ ਨੇ ਜਿਹੜਾ ਹੈ ਉਹਨਾਂ ਨੇ ਆਪਣਾ ਬਿਆਨ ਪੇਸ਼ ਕਰਨਾ ਸੀ ਤੇ ਨਾਲ ਹੀ ਜਿਹੜਾ ਡਿਪਾਰਟਮੈਂਟ ਨੇ ਆਪਣਾ ਬਿਆਨ ਪੇਸ਼ ਕਰਨਾ ਸੀ ਸੋ ਬਿਆਨ ਜਿਹੜੇ ਉਹਨਾਂ ਨੇ ਦੇ ਦਿੱਤੇ ਗਏ ਹਨ ਤੇ ਇਸ ਦੇ ਵਿੱਚ ਜਿਹੜੇ ਪਟੀਸ਼ਨ ਕਰਦਾ ਯਾਨੀ ਕਿ ਬੀਅਰਡ ਹੈਗੇ ਜੀ ਉਹਨਾਂ ਨੂੰ ਸਟੇ ਨਹੀਂ ਮਿਲ ਸਕੀ ਹੈ ਤਾਂ ਸਟੇ ਉਹ ਲਗਵਾਉਣ ਦੇ ਵਿੱਚ ਇਸ ਕੇਸ ਦੇ ਥਰੂ ਸਟੇ ਲਗਵਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ ਨਾਲ ਹੀ ਆਪਾਂ ਨੂੰ ਇਹਦੇ ਵਿੱਚ ਨੈਕਸਟ ਡੇਟ ਮਿਲ ਗਈ ਹੈ ਉਹ ਤੇ ਉਹ ਮਿਲ ਗਈ ਹੈ ਜੀ 18 ਅਪ੍ਰੈਲ ਤਾਂ 18 ਅਪ੍ਰੈਲ ਨੂੰ ਨੈਕਸਟ ਕੇਸ ਦੀ ਸੁਣਵਾਈ ਹੋਏਗੀ ਤੁਹੋਂ ਦਾ ਜਿਹੜਾ 35 ਦਾ ਮੇਨ ਕੇਸ ਦੀ ਸੁਣਵਾਈ ਵੀ ਜਿਹੜੀ ਆ ਉਹ 18 ਅਪ੍ਰੈਲ ਨੂੰ ਹੋਣੀ ਹੈ ਉਹ ਇੱਕ ਅਲੱਗ ਕੇਸ ਹੈ ਬੀਐਡ ਨੂੰ ਲੈ ਕੇ ਬੀਐਡ ਇਟਲੀ ਦੇ ਵਿੱਚ ਇਨਕਲੂਡ ਹੋਏਗੀ ਜਾਂ ਨਹੀਂ ਹੋਏਗੀ ਉਸ ਮੁੱਦੇ ਨੂੰ ਲੈ ਕੇ ਉਹ ਕੇਸ ਹੈ ਲੇਕਿਨ ਇਹ ਕੇਸ ਜਿਹੜਾ ਉਹ 5 ਨੰਬਰ ਨੂੰ ਲੈ ਕੇ ਹੈ ਇਸ ਦੀ ਵੀ ਜਿਹੜੀ ਸੁਣਵਾਈ ਉਹ 18 ਅਪ੍ਰੈਲ ਨੂੰ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਹੁੰਦਾ ਜੀ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਲੱਗਿਆ ਹੀ ਹੋਇਆ ਜਿਸ ਦੀ ਲਾਸਟ ਸੁਣਵਾਈ ਦੀ ਡੇਟ ਜਿਹੜੀ ਉਹ 27 ਅਪ੍ਰੈ ਤੇ ਜੋ ਆਪਣਾ 2364 ਹੈਗਾ ਜੀ ਉਸ ਨੂੰ ਬਹਾਲ ਕਰਾਉਣ ਲਈ ਜਿਹੜਾ ਨੋਟੀਫਿਕੇਸ਼ਨ ਬਹਾਲ ਕਰਾਉਣ ਲਈ ਕੋਰਟ ਕੇਸ ਲੱਗਿਆ ਹੋਇਆ ਉਸ ਦੀ ਸੁਣਵਾਈ ਜਿਹੜੀ ਆ ਉਹ ਆਪਣੀ 12 ਮਈ ਨੂੰ ਹੈ ਤੋਂ ਇਸ ਕੀ ਜੀ ਸਾਰੀ ਇਨਫੋਰਮੇਸ਼ਨ ਸ਼ਾਰਟ ਪੈਂਨਤੀ ਈਟੀਟੀ 2364 ਤੇ ਨਾ